ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਈ ਸੱਚਾ ਪਿੜ ਮੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਸਤਿਕਾਰਤ ਮਹਾਨ ਵਿਦਵਾਨ ਕਲਮ ਦੇ ਧਨੀ ਅਤਿ ਸਤਿਕਾਰਤ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਸੱਚਖੰਡ ਵਾਸੀ ਤਿਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਜੁੜ ਬੈਠੇ ਸਤਸੰਗੀ ਜਨੋ, ਸਿਰਫ ਦੋ ਤਿੰਨ ਮਿੰਟ ਦੀ ਆਪਾਂ ਨੇ ਹਾਜ਼ਰੀ ਲਵਾਉਣੀ ਹੈ ਕਿਉਂਕਿ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਤਿਨ੍ਹਾਂ ਦੇ ਜੀਵਨ, ਤਿਨ੍ਹਾਂ ਦੀ ਵਿਦਵਤਾ, ਤਿਨ੍ਹਾਂ ਦਾ ਪਿਆਰ, ਸਖਤ ਮਿਹਨਤ, ਸਾਦਾ ਜੀਵਨ, ਸਮੁੱਚੇ ਪਰਿਵਾਰ ਨੂੰ ਗੁਰਸਿੱਖੀ ਜੀਵਨ ਦੀ ਅੰਮ੍ਰਿਤਮਈ ਗੁੜਤੀ, ਇਹ ਸਾਰੀਆਂ ਬਹੁਤ ਹੀ ਅਹਿਮ ਚੀਜ਼ਾਂ ਨੇ ਜਾਂ ਅਹਿਮ ਸ਼ਕਤੀਆਂ ਨੇ। ਮੈਂ ਇਹਨਾਂ ਨੂੰ ਮਾਰਤੰਡ ਦਾ ਜੇ ਦਰਜਾ ਦੇਵਾਂ ਕੋਈ ਅਤਕਥਨੀ ਨਹੀਂ। ਸਿੰਘ ਸਾਹਿਬ ਦਾ ਜੀਵਨ ਇੱਕ ਮਾਰਤੰਡ, ਇੱਕ ਸੂਰਜ ਦੀ ਤਰ੍ਹਾਂ ਹੈ ਅਤੇ ਮੇਰੇ ਵਰਗੇ ਦਾ ਜੀਵਨ ਇੱਕ ਦੀਵੇ ਦੀ ਤਰ੍ਹਾਂ ਹੈ। ਜੇ ਅਸੀਂ ਕਹੀਏ ਸੂਰਜ ਨੂੰ ਇੱਕ ਦੀਵਾ ਸਾਹਮਣੇ ਲਾ ਕਰਕੇ ਉਹ ਉਸ ਨੂੰ ਚਮਕਾਉਣ ਦਾ ਜਾਂ ਉਹਦੇ ਗੁਣਾਂ ਨੂੰ ਬਿਆਨ ਕਰਨ ਦਾ ਯਤਨ ਕਰੇ ਤਾਂ ਬਹੁਤ ਹੀ ਇੱਕ ਵੱਡੀ ਗੱਲ ਹੋਏਗੀ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਭਾਈ ਸਾਹਿਬ ਮੇਰਾ ਨਾਮ ਪਰਵਾਹੀ ਬੋਲੇ ਸਨ, ਇਹ ਉਹਨਾਂ ਦੀ ਹੀ ਦੇਣ ਆ ਕਿਉਂਕਿ ਮੇਰੇ ਬੜੇ ਵੱਡੇ ਵੀਰ ਆਦਮ ਸਤਿਕਾਰ ਸਹਿਤ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਇਕੱਠੇ ਅਸੀਂ ਪੜ੍ਹੇ ਹਾਂ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਦਾਸ ਨੂੰ ਆਪਣਾ ਬੱਚਾ ਬਣਾ ਕਰਕੇ ਲਿਖਣਾ, ਬੋਲਣਾ ਅਤੇ ਕਥਾ ਕਰਨੀ ਉਹਨਾਂ ਦੀ ਦਾਤ ਦਿੱਤੀ ਹੈ। ਮੈਂ ਜੇ ਗੱਲ ਕਰਾਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੀ, ਤਕਰੀਬਨ ਉਹਨਾਂ ਨੇ 16 ਪੁਸਤਕਾਂ ਇੰਨੀ ਸਖਤ ਮਿਹਨਤ ਦੇ ਨਾਲ, ਇੰਨੀ ਭਾਵਨਾ ਦੇ ਸਹਿਤ ਦਾਸ ਉਹਨਾਂ ਦੇ ਕੋਲ ਰਹਿੰਦਾ ਰਿਹਾ। ਤਕਰੀਬਨ 1-1 ਵਜੇ ਤੱਕ ਉਹ ਪੁਸਤਕਾਂ ਨੂੰ ਲਿਖਦੇ ਔਰ ਲਿਖ ਕਰਕੇ ਇੱਥੋਂ ਤੱਕ ਮੇਰਾ ਦਿਲ ਇੱਦਾਂ ਕਰਦਾ ਵੀ ਮੈਂ ਭਾਵਨਾ ਦੇ ਤਹਿਤ ਜੇ ਕਹਾਂ ਅੱਖਾਂ 'ਚ ਅੱਥਰੂ ਆਉਂਦੇ ਆ, ਸਵੇਰੇ ਹੁੰਦੀ ਨਾ ਮੇਰੇ ਤੋਂ ਪਹਿਲਾਂ ਉੱਠੇ ਅਤੇ ਮੈਂ ਕਈ ਵਾਰੀ ਇਹ ਗੱਲ ਕਹਿੰਦਾ ਸੀ ਪਿਤਾ ਜੀ, ਮੈਂ ਬੋਲਦਾ ਹੁੰਦਾ ਪਿਤਾ ਜੀ ਵੀ ਮੈਂ ਤੁਹਾਨੂੰ ਜਲ ਪਾਣੀ ਬਣਾ ਦੇਣਾ ਸਵੇਰੇ, ਪਰ ਉਹ ਕਹਿੰਦੇ ਵੀ ਨਹੀਂ, ਮੈਂ ਇੱਕ ਪੰਥ ਦਾ, ਇੱਕ ਸਿੱਖ ਦਾ ਸੇਵਾਦਾਰ ਆਂਗਾ, ਜੇ ਤੂੰ ਅੱਜ ਮੈਨੂੰ ਚਾਹ ਜਾਂ ਜਲ ਪਾਣੀ ਬਣਾ ਕੇ ਦੇਣ ਲੱਗਿਆ ਤਾਂ ਮੈਂ ਫਿਰ ਵੀ ਨੀਵਾਂ ਹੋਵਾਂਗਾ। ਅੰਮ੍ਰਿਤ ਵੇਲੇ ਉੱਠ ਕਰਕੇ ਉਹ ਪਹਿਲੋਂ ਜਲ ਪਾਣੀ ਬਣਾਉਂਦੇ ਅਤੇ ਮੈਨੂੰ ਵੀ ਛਕਾਉਂਦੇ ਹੁੰਦੇ ਸੀ ਅਤੇ ਇੰਨਾ ਉਹਨਾਂ ਦਾ ਜੀਵਨ, ਜਿਵੇਂ ਮੈਂ ਸ਼ਬਦ ਹੁਣ ਪੜ੍ਹਿਆ ਨਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਮੇਰਾ ਮਨ ਕਹਿੰਦਾ ਵੀ ਇੱਦਾਂ ਦੇ ਗੁਰਮੁਖ ਹੁੰਦੇ ਆ। ਉੱਦਾਂ ਤਾਂ ਹਰ ਇੱਕ ਬੰਦਿਆਂ ਦੇ ਆਪਾਂ ਜਾਂਦੇ ਹਾਂ, ਹਜ਼ਾਰਾਂ ਭੋਗਾਂ ਦੇ ਉੱਪਰ ਜਾਂਦੇ ਹਾਂ, ਹਜ਼ਾਰਾਂ ਯਾਦਾਂ ਦੇ ਉੱਪਰ ਜਾਂਦੇ ਹਾਂ, ਲੇਕਿਨ ਉਹ ਸਾਨੂੰ ਕਹਿਣਾ ਪੈਂਦਾ ਗੁਰਮੁਖ ਜਨਮ ਸਵਾਰ। ਲੇਕਿਨ ਅੱਜ ਉਹ ਸੱਚੀ ਗੱਲ ਹੈ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ, ਸ਼ੁਰੂ ਤੋਂ ਲੈ ਕਰਕੇ ਐਂਡ ਤੱਕ ਮੈਂ ਜੀਵਨ ਪੜ੍ਹਿਆ ਨਹੀਂ ਬਲਕਿ ਨਾਲ ਰਹਿ ਕੇ ਹੰਢਾਇਆ। ਇੱਕ ਇੱਕ ਕਦਮ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਦੇ ਅਨੁਸਾਰ ਬਤੀਤ ਹੋਇਆ। ਜੇ ਪਿਆਰ ਦੀ ਗੱਲ ਕਰੀਏ ਤਾਂ ਆ ਸਾਰਾ ਇਕੱਠ ਸਮੁੱਚੇ ਲੋਕਾਂ ਨੂੰ
उन्होंने इन्ना कु प्यार वंडिया ते इथों तक मैनू लगता सिख इतिहास विच पहली वार होया हुआ। पहली वार सिख इतिहास दे विच पहली वार कि एक सिंह साहब जथेदार दा पुत्र सिंह साहब होवे। एक ये किहदी कमाई है? ये माता पिता की कमाई है, ये उन्होंने नितनेम है। दो गल्लां मैं उन्होंने अहम वेखियां, एक अमृत वेले का नितनेम ते एक गुरु ग्रंथ साहिब जी का सत्कार। ये दो गल्लां ने अज सिंह साहब ज्ञानी मल सिंह नूं जे असी कि सिख पंथ दे विच एक मार तंड की तरह चमका दिता है। सो मैं ज़्यादा कुछ नहीं बोलता होया क्योंकि बहुत ही सत्कारयोग सिंह साहब ज्ञानी गुरबचन सिंह जी जथेदार श्री अकाल तख्त साहब होर बहुत आदि शख्सियतां ने इत्थे हाजरी भरनी है। दास गुरद्वारा श्री टालियाणा साहब रायपुर तो पहुँचया है, उत्थों के मैनेजर साहब वालों भी हैड ग्रंथी साहब वालों भी सारिया संगतां नूं असीं फतेह बुलाउंदे हाँ। बोलदिया तो अनेकां भुल्लां हो जांदियां ने क्योंकि मैं इन्ने क बोलण दे भी योग नहीं हाँ। यह सारा कुछ उन्हां दी देण है। सारिया संगतां दा कुटान कुट धन्नवाद। बुलाओ फतेह जी। वाहिगुरू जी का खालसा, वाहिगुरू जी की फतेह।